ਸਵਾਗਤ ਹੈ ਤੁਹਾਡਾ ਏਕਤਾ ਲਹਿਰ ਨਿਊਜ਼ ਦੇ ਵਿੱਚ। ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼। ਇੱਕ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ, ਬਹੁਤ ਹੀ ਦੁੱਖਦਾਈ ਵੀ ਕਹਿ ਸਕਦੇ ਹਾਂ ਅਤੇ ਬਹੁਤ ਮਾੜੀ ਖਬਰ ਵੀ ਕਹਿ ਸਕਦੇ ਹਾਂ। ਇੱਕ ਚਿੱਠੀ ਆਉਂਦੀ ਆ ਗੁਰਦੁਆਰਾ ਸਿੰਘ ਸਭਾ ਇਟਲੀ ਤੋਂ, ਗੁਰਦੁਆਰਾ ਸਿੰਘ ਸਭਾ ਇਟਲੀ ਤੋਂ ਆਉਂਦੀ ਆ ਲੈਟਰ। ਮੈਂ ਲੈਟਰ ਦਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹਾਂ। ਉਹਦੇ ਵਿੱਚ ਲਿਖਿਆ ਜਾਂਦਾ ਆ, ਸੇਵਾ ਵਿਖੇ ਮੁੱਖ ਥਾਣਾ ਅਫਸਰ, ਥਾਣਾ ਨਕੋਦਰ, ਜ਼ਿਲ੍ਹਾ ਜਲੰਧਰ, ਯਾਨੀ ਨਕੋਦਰ ਥਾਣੇ ਦੇ ਵਿੱਚ ਇੱਕ ਇਟਲੀ ਦੇ ਗੁਰਦੁਆਰੇ ਦੇ ਵਿੱਚੋਂ ਇੱਕ ਲੈਟਰ ਆਉਂਦੀ ਆ, ਜਿਸ ਦੇ ਵਿੱਚ ਲਿਖਿਆ, ਵਿਸ਼ਾ ਲਿਖਿਆ ਆ, ਰਾਮ ਲਾਲ, ਜਨਮ ਮਿਤੀ 25/4/1959, ਪੁੱਤਰ ਦਰਸ਼ਨ ਲਾਲ, ਮਾਤਾ ਨਸੀਬ ਕੌਰ, ਵਾਸੀ ਨਕੋਦਰ, VPO ਨਕੋਦਰ। ਇੰਨਾ ਹੀ ਲਿਖਿਆ ਹੁੰਦਾ ਆ। ਔਰ ਉਹਦੇ 'ਚ ਲਿਖਿਆ ਜੀ, ਸ਼੍ਰੀਮਾਨ ਜੀ, ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਪਿਛਲੇ ਦਿਨੀ ਸ਼੍ਰੀ ਰਾਮ ਲਾਲ ਜੀ ਦੀ ਮੌਤ ਹੋ ਗਈ ਹੈ, ਜਿਸ ਦੀ ਦੇਹ ਮ੍ਰਿਤਕ ਦੇਹ ਬੁਲਜਾਨੋ ਸ਼ਹਿਰ ਇਟਲੀ ਦੇ ਹਸਪਤਾਲ ਵਿੱਚ ਰੱਖੀ ਹੋਈ ਹੈ। ਬਹੁਤ ਦਿਨ ਬੀਤ ਗਏ ਹਨ ਪਰ ਉਸਦੇ ਪਰਿਵਾਰ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ। ਉਸਦਾ ਪਰਿਵਾਰ ਕਿਸ ਜਗ੍ਹਾ ਹੈ? ਭਾਰਤੀ ਕੌਂਸਲੇਟ ਜਨਰਲ ਮਿਲਾਨ ਇਟਲੀ ਨਾਲ ਵੀ ਸੰਪਰਕ ਕੀਤਾ ਗਿਆ ਪਰ ਉਹਨਾਂ ਕੋਲੋਂ ਵੀ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਰਾਮ ਲਾਲ ਦੇ ਪਰਿਵਾਰ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਇਹ ਦੇਹ ਆ ਜਿਹੜੀ ਉਹਨਾਂ ਦੀ ਅੰਤਮ ਦੇਹ ਆ ਉਹਦਾ ਅੰਤਮ ਸੰਸਕਾਰ ਕਰਨ ਲਈ ਅਗਲੀ ਕਾਰਵਾਈ ਕੀਤੀ ਜਾਵੇ। ਧੰਨਵਾਦ ਸਹਿਤ ਰਵਿੰਦਰਜੀਤ ਸਿੰਘ, ਮੁੱਖ ਸੇਵਾਦਾਰ, ਗੁਰਦੁਆਰਾ ਸਿੰਘ ਸਭਾ ਬੁਲਜਾਨੋ ਇਟਲੀ। ਇਹ ਇੱਕ ਲੈਟਰ ਆਉਂਦੀ ਆ ਜਿਹਦੇ ਵਿੱਚ ਲਿਖਿਆ ਜਾਂਦਾ ਕਿ ਸ਼੍ਰੀ ਰਾਮ ਲਾਲ, ਇੱਕ ਰਾਮ ਲਾਲ ਨਾਂ ਦਾ ਵਿਅਕਤੀ ਆ ਜਿਹੜਾ ਕਿ ਜਿਹਦੀ ਮੌਤ ਹੋ ਜਾਂਦੀ ਆ, ਮੌਤ ਦਾ ਇੱਕ ਕਾਰਨ ਪਤਾ ਨਹੀਂ ਲੱਗ ਸਕਦਾ ਅਤੇ ਉਹ ਮੌਤ ਜਿਹੜੀ ਉਹਦੀ ਸੰਸਕਾਰ ਦੇ ਲਈ ਉਹਦੀ ਜਿਹੜੀ ਆ ਡੈੱਡ ਬੋਡੀ ਆ ਉਹ ਇਟਲੀ ਦੇ ਇੱਕ ਹਸਪਤਾਲ ਦੇ ਵਿੱਚ ਪਈ ਆ। ਇਹ ਬੜੀ ਖਬਰ ਥੋੜ੍ਹੀ ਜਿਹੀ ਫੈਲੀ ਆ, ਅਖਬਾਰਾਂ ਦੇ ਵਿੱਚ ਵੀ ਆਈ ਆ, ਸਿਰਫ ਇਹ ਲਿਖਿਆ ਵੀ ਨਕੋਦਰ ਦਾ ਆਦਮੀ ਹੈਗਾ ਇਹ ਲੱਭ ਨਹੀਂ ਰਿਹਾ। ਇੱਕ ਲੈਟਰ ਜਿਹੜੀ ਆਈ ਆ ਇਹ ਮੈਂ ਲੈਟਰ ਤੁਹਾਨੂੰ ਦਿਖਾ ਦਿੰਦਾ, ਇਹ ਲੈਟਰ ਦੇ ਤੁਸੀਂ ਵੇਖ ਵੀ ਸਕਦੇ ਹੋ। ਇਹ ਲੈਟਰ ਆ ਜੀ, ਇਸ ਲੈਟਰ ਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਇਟਲੀ ਦੇ ਗੁਰਦੁਆਰੇ ਦੇ ਵਿੱਚੋਂ ਇੱਕ ਇਹ ਲੈਟਰ ਆਈ ਆ ਅਤੇ ਉਹ ਜਿਹੜੀ ਰਾਮ ਲਾਲ ਆ ਉਹਦੀ ਜਿਹੜੀ ਦੇਹ ਆ ਮ੍ਰਿਤਕ ਦੇਹ ਆ ਉਹ ਇਟਲੀ ਦੇ ਇੱਕ ਹਸਪਤਾਲ 'ਚ ਪਈ ਆ। ਜਸਪ੍ਰੀਤ ਸਿੰਘ ਢਿੱਲੋਂ, ਯੂਥ ਵੈਲਫੇਅਰ ਕਲੱਬ, ਇੱਕ ਬਹੁਤ ਹੀ ਵਧੀਆ ਸੰਸਥਾ, ਵਧੀਆ ਹੀ ਜਿਹੜੇ ਕਿ ਖੂਨਦਾਨ ਕੈਂਪ ਵੀ ਲਾਉਂਦੇ ਨੇ, ਰਾਸ਼ਨ ਵੀ ਵਿਤਰਿਤ ਕਰਦੇ ਨੇ ਅਤੇ ਆਪਣਾ ਹੋਰ ਵੀ ਫੀਸਾਂ ਵੀ ਦਿੰਦੇ ਨੇ, ਉਹਨਾਂ ਕੋਲ ਇਹ ਲੈਟਰ ਆਉਂਦੀ ਆ, ਉਹਨਾਂ ਨੂੰ ਵੀ ਇੱਕ ਲੈਟਰ ਇਹ ਆਉਂਦੀ ਆ ਅਤੇ ਉਹ ਕੋਸ਼ਿਸ਼ ਕਰ ਦਿੰਦੇ ਨੇ, ਬੜੀ ਕੋਸ਼ਿਸ਼ ਕਰਦੇ ਨੇ। ਕੋਸ਼ਿਸ਼ ਕਰਦੇ ਕਰਦੇ ਉਹ ਨਕੋਦਰ ਦੇ ਇੱਕ ਮੁਹੱਲੇ ਦੇ ਵਿੱਚ ਪਹੁੰਚਦੇ ਆ ਜਿੱਥੇ ਮੈਂ ਮੁਹੱਲੇ ਦਾ ਇਹ ਦੱਸਦਿਆਂ, ਇਹ ਮੁਹੱਲਾ ਪੈ ਜਾਂਦਾ ਮੁੰਨੇ ਦੀ ਚੱਕੀ ਦੇ ਕੋਲ, ਨਾਲ ਵਾਲੀ ਗਲੀ ਆ ਉਹ ਗਲੀ ਦੇ ਵਿੱਚ ਹੈਗਾ ਮਦਰਲੈਂਡ, ਮੈਂ ਕੈਮਰੇਮੈਨ ਵਾਲੇ ਨੂੰ ਕਹਾਂਗਾ ਇੱਕ ਦਿਖਾ ਦਿਓ, ਮਦਰਲੈਂਡ ਪਬਲਿਕ ਹਾਈ ਸਕੂਲ, ਉਹ ਸਕੂਲ ਆ, ਉਹ ਸਕੂਲ ਦੇ ਪਿੱਛੇ ਜਿਹੜਾ ਮੇਰੇ ਤੁਸੀਂ ਘਰ ਦੇਖ ਰਹੇ ਹੋ ਇਹ ਯੂਥ ਵੈਲਫੇਅਰ ਕਲੱਬ, ਉਹਨਾਂ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਅਤੇ ਉਹਨਾਂ ਦੇ ਸਾਥੀਆਂ ਦੀ ਮਿਹਨਤ ਸਦਕਾ ਇਸ ਘਰ ਨੂੰ ਲੱਭਿਆ ਗਿਆ ਵਾ। ਅੰਦਰ ਲੈ ਜਾਵਾਂਗੇ, ਰਾਮ ਲਾਲ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਾਵਾਂਗੇ, ਜੋ ਇੱਥੇ ਪੁਲਿਸ ਆਈ ਆ ਉਹਨਾਂ ਨਾਲ ਗੱਲਬਾਤ ਕਰਾਵਾਂਗੇ, ਜਸਪ੍ਰੀਤ ਸਿੰਘ ਢਿੱਲੋਂ ਪ੍ਰਧਾਨ ਜੀ ਨਾਲ ਗੱਲਬਾਤ ਕਰਾਵਾਂਗੇ। ਲੈ ਚੱਲਦੇ ਹਾਂ ਤੁਹਾਨੂੰ ਇਸ ਘਰ ਦੇ ਅੰਦਰ। ਇਟਲੀ ਦੇ ਵਿੱਚ ਜਿਹੜਾ ਰਾਮ ਲਾਲ ਮ੍ਰਿਤਕ ਆ ਜਿਹਦੀ ਦੇਹ ਉੱਥੇ ਇੱਕ ਹਸਪਤਾਲ ਦੇ ਵਿੱਚ ਪਈ ਆ,
ਯੂਥ ਵੈਲਫੇਅਰ ਕਲੱਬ ਰਜਿਸਟਰਡ, ਜਿਨ੍ਹਾਂ ਦਾ ਬਹੁਤ ਵਧੀਆ ਕੰਮ ਆ, ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕਾ ਹਾਂ, ਉਹਨਾਂ ਦੀ ਮਿਹਨਤ ਸਦਕਾ ਮੈਂ ਮਿਹਨਤ ਸਦਕਾ ਹੀ ਕਹਾਂਗਾ। ਸਲਾਮ ਕਰਾਂਗਾ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਸਾਹਿਬ ਨੂੰ ਜਸਪ੍ਰੀਤ ਸਿੰਘ ਢਿੱਲੋਂ। ਪਹਿਲੇ ਇਹਨਾਂ ਕੋਲ ਪੂਰੀ ਥੋੜ੍ਹੀ ਜਿਹੀ ਜਾਣਕਾਰੀ ਲਵਾਂਗੇ, ਕੀ ਗੱਲਬਾਤ ਆ, ਕਿੱਦਾਂ ਆ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਨਾ ਕੁਛ ਦਿਨ ਪਹਿਲਾਂ ਆਪਣੇ ਇਟਲੀ ਬਲੇਰਨੋ ਸ਼ਹਿਰ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹੈਗਾ ਜੀ, ਉਹਨਾਂ ਦੀ ਸਾਡੀ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਜੀ ਹੈਗੇ ਨੇ ਹਰਵਿੰਦਰਜੀਤ ਸਿੰਘ ਜੀ, ਉਹਨਾਂ ਨਾਲ ਮੇਰਾ ਸੰਪਰਕ ਹੋਇਆ ਸੀਗਾ ਅਤੇ ਇੱਕ ਅਖਬਾਰ ਦੇ ਵਿੱਚ ਰਾਮ ਲਾਲ ਜੀ ਦੀ ਡੈਥ ਹੋਣ ਦੀ ਖਬਰ ਚੱਲ ਰਹੀ ਸੀ ਵੀ ਨਕੋਦਰ ਦੇ ਕੋਈ ਨੌਜਵਾਨ ਹੈਗਾ ਜੋ ਕਾਫੀ ਟਾਈਮ ਤੋਂ ਮਿਹਨਤ ਕਰ ਲਈ, ਵਿਦੇਸ਼ਾਂ ਵਿੱਚ ਗਿਆ ਸੀਗਾ ਅਤੇ ਉਹਨਾਂ ਦੀ ਡੈਥ ਕਿਸੇ ਕਾਰਨ ਹੋ ਗਈ ਅਤੇ ਉਹਨਾਂ ਦੀ ਫੈਮਿਲੀ ਨਹੀਂ ਲੱਭ ਰਹੀ ਸੀਗੀ। ਚਲੋ ਜਦੋਂ ਸਾਨੂੰ ਗੁਰਦੁਆਰਾ ਸਾਹਿਬ ਨੇ ਟਾਈ ਅਪ ਕੀਤਾ ਅਤੇ ਅਸੀਂ ਕੋਸ਼ਿਸ਼ ਕੀਤੀ, ਮਿਹਨਤ ਕੀਤੀ ਅਤੇ ਉਹ ਸਾਡੀ ਮਿਹਨਤ ਅੱਜ ਰੰਗ ਲੈ ਕੇ ਆਈ ਹੈ ਕਿ ਸਾਨੂੰ ਅੱਜ ਸਰ ਕਿੰਨੇ ਦਿਨ ਬਾਅਦ ਸਾਨੂੰ ਘੱਟੋ ਘੱਟ ਜੀ 10 ਦਿਨ ਹੋ ਗਏ ਜੀ, ਇਹਨਾਂ ਨੂੰ ਜਿੱਦਾਂ 10 ਦਿਨ ਹੋ ਗਏ ਜੀ ਸਾਨੂੰ ਪਰਿਵਾਰ ਲੱਭਦਿਆਂ ਨੂੰ, ਅਤੇ ਇਹ ਅੱਜ ਜੀ ਆਪਾਂ ਜਿਸ ਘਰ ਦੇ ਵਿੱਚ ਖੜ੍ਹੇ ਹਾਂ ਇਹ ਰਾਮ ਲਾਲ ਦਾ ਘਰ ਹੈਗਾ ਜੀ, ਜਿਹਨਾਂ ਦੀ ਉੱਥੇ ਡੈਥ ਹੋਈ ਆ। ਉਹਨਾਂ ਦੇ 6 ਬ੍ਰਦਰ ਸੀਗੇ ਜੀ ਇਹ, ਜਿਹਦੇ ਵਿੱਚੋਂ ਇੱਕ ਉਹ ਆਪ ਸਭ ਤੋਂ ਵੱਡੇ ਸੀਗੇ, ਉਹ ਘੱਟੋ ਘੱਟ 1979 ਦੇ ਉਹ ਬਾਹਰ ਚਲੇ ਗਏ ਸੀਗੇ ਜੀ, ਅਤੇ ਇਹਨਾਂ ਦੀ ਬਾਕੀ ਫੈਮਿਲੀ ਸਾਰੀ ਇੱਥੇ ਹੈਗੀ ਆ ਜੀ। 3 ਬ੍ਰਦਰ ਇੱਥੇ ਆ ਜੀ, 2 ਬ੍ਰਦਰ ਇਹਨਾਂ ਦੇ ਜਲੰਧਰ ਰਹਿੰਦੇ ਆ ਜੀ, ਉਹਨਾਂ ਨਾਲ ਵੀ ਮੇਰੀ ਕੱਲ੍ਹ ਫੋਨ ਦੇ ਉੱਤੇ ਗੱਲ ਹੋਈ ਸੀ ਅਤੇ ਅੱਜ ਆਪਾਂ ਇਹਨਾਂ ਦੇ ਕੋਲ ਇੱਥੇ ਆਏ ਹੋਏ ਹਾਂ। ਸਰ ਕਿੱਦਾਂ ਪਤਾ ਲੱਗਾ ਤੁਹਾਨੂੰ ਕਿ ਇਹ ਰਾਮ ਲਾਲ ਹੀ ਆ, ਕਿਸ ਤਰ੍ਹਾਂ ਪਤਾ ਲੱਗਾ ਇਹਨਾਂ ਦੇ ਕੀ ਪ੍ਰੂਫ ਆਏ ਤੁਹਾਡੇ? ਹਾਂਜੀ, ਪਹਿਲਾਂ ਤਾਂ ਇਟਲੀ ਦੇ ਵਿੱਚੋਂ ਇਹਨਾਂ ਦਾ ਜਿਹੜਾ ਰਾਮ ਲਾਲ ਜੀ ਦਾ ਇੱਕ ਦੋਸਤ ਸੀਗਾ ਜੀ, ਉਹਦੇ ਤੋਂ ਇਹਨਾਂ ਦੇ ਬ੍ਰਦਰ ਦਾ ਸਾਨੂੰ ਕੰਟੈਕਟ ਨੰਬਰ ਮਿਲਿਆ ਸੀਗਾ, ਜਿਹੜੇ ਇਹਨਾਂ ਦੇ ਬ੍ਰਦਰ ਜਲੰਧਰ ਆ, ਉਹਨਾਂ ਦੇ ਨਾਲ ਗੱਲ ਹੋਈ। ਗੱਲ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡਾ ਘਰ, ਜਾਣੀ ਕਿ ਇੱਥੇ ਇੱਕ ਆਪਣੇ ਮਦਰਲੈਂਡ ਸਕੂਲ ਦੇ ਲਾਗੇ ਪਾਣੀ ਵਾਲੀ ਚੱਕੀ ਜਿਹੜੀ ਹੈਗੀ ਆ ਜੀ, ਉਹਦੇ ਲਾਗੇ ਹੈਗਾ ਆ ਜੀ। ਫਿਰ ਇੱਥੇ ਅਸੀਂ ਲਾਗੇ ਆਣ ਕੇ ਕਿਸੇ ਦੁਕਾਨ ਵਾਲੇ ਨੂੰ ਪਤਾ ਕੀਤਾ, ਇਹਨਾਂ ਦੇ ਫਾਦਰ ਸਾਹਿਬ ਦਾ ਅਸੀਂ ਪੁੱਛਿਆ ਸੀਗਾ ਵੀ ਦਰਸ਼ਨ ਲਾਲ ਜੀ ਅਤੇ ਮਾਤਾ ਨਸੀਬ ਕੌਰ ਜੀ ਦਾ ਘਰ, ਅਤੇ ਇਹਨਾਂ ਜਸਵਿੰਦਰ ਸਿੰਘ ਜੀ ਦਾ ਸਾਨੂੰ ਪਤਾ ਲੱਗਾ ਸੀਗਾ, ਜਿਹੜੇ ਇਹਨਾਂ ਦੇ ਬ੍ਰਦਰ ਸੀਗੇ ਵੀ ਜਸਵਿੰਦਰ ਸਿੰਘ ਜੀ ਦਾ ਤੁਸੀਂ ਪਤਾ ਕਰ ਸਕਦੇ ਹੋ। ਅਤੇ ਉਹਨਾਂ ਨੇ ਦੱਸਿਆ ਵੀ ਇਟਲੀ ਦੇ ਵਿੱਚ ਇੱਕ ਇਹਨਾਂ ਦਾ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਇਟਲੀ ਦੇ ਵਿੱਚ ਗਿਆ ਹੋਇਆ ਆ। ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਅਤੇ ਇਹਨਾਂ ਨੂੰ ਵੀ ਇਹਨਾਂ ਦੇ ਬ੍ਰਦਰ ਤੋਂ ਅੱਜ ਸਵੇਰੇ ਹੀ ਪਤਾ ਲੱਗਾ ਸੀਗਾ ਵੀ ਇੱਦਾਂ ਸਾਡਾ ਜਿਹੜਾ ਬ੍ਰਦਰ ਹੈਗਾ ਵੱਡੇ ਜੀ, ਉਹਨਾਂ ਦਾ ਉੱਥੇ ਡੈਥ ਹੋ ਚੁੱਕੀ ਆ। ਅਤੇ ਫਿਰ ਅਸੀਂ ਇਹਨਾਂ ਦੇ ਕੋਲੋਂ ਪੂਰੀ ਜਾਣਕਾਰੀ ਲਈ, ਜਿਹਦੇ ਵਿੱਚੋਂ ਪੁਰਾਣੀ ਵੋਟਰ ਸੂਚੀ ਹੈਗੀ ਆ ਜੀ, ਉਹਦੇ ਵਿੱਚ ਉਹਨਾਂ ਦਾ ਨਾਂ ਸੀਗਾ ਜੀ। ਫਿਰ ਇਹਨਾਂ ਦੇ ਸਕੂਲ ਛੱਡਣ ਦਾ ਸਰਟੀਫਿਕੇਟ ਸੀਗਾ ਜੀ, ਦਰਸ਼ਨ ਲਾਲ ਜੀ ਆਪਣੇ ਰਾਮ ਲਾਲ ਜੀ ਦਾ, ਉਹਦੇ ਤੋਂ ਵੈਰੀਫਾਈ ਕੀਤਾ। ਅਤੇ ਫਿਰ ਪੁਲਿਸ ਮੁਲਾਜ਼ਮ ਵੀ ਆਏ ਸੀਗੇ ਜੀ, ਉਹ ਆਪਣੀ ਰਿਪੋਰਟ ਕਰਕੇ ਲੈ ਕੇ ਗਏ ਨੇ ਜੀ। ਅਤੇ ਬਾਕੀ ਹੁਣ ਇਹਨਾਂ ਦੇ ਤੁਸੀਂ ਪਰਿਵਾਰ ਦੇ ਨਾਲ ਗੱਲ ਕਰੋ ਜੀ। ਸਰ ਬੜੀ ਤੁਹਾਡਾ ਬੜਾ ਜਜ਼ਬਾ ਸਲਾਮ ਆ ਸਾਡੇ ਚੈਨਲ ਵੱਲੋਂ, ਜਿਹੜਾ ਤੁਸੀਂ ਇੰਨੀ ਮਿਹਨਤ ਕਰਕੇ ਇਸ ਪਰਿਵਾਰ ਨੂੰ ਮਿਲੇ ਹੋ, ਤਾਂ ਕਿ ਜਿਹੜੀ ਮ੍ਰਿਤਕ ਦੇਹ ਆ ਜਿਹੜੀ ਉੱਥੇ ਪਈ ਆ, ਹਾਲੇ ਮੇਰੇ ਖਿਆਲ ਸੰਸਕਾਰ ਨਹੀਂ ਹੋਇਆ। ਬਿਲਕੁਲ ਜੀ, ਜਿੰਨਾ ਚਿਕਰ ਇਹਨਾਂ ਵੱਲੋਂ ਅਥਾਰਟੀ ਨਹੀਂ ਦਿੱਤੀ ਜਾਊਗੀ ਉਹ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ, ਉਹਨਾਂ ਚਿਕਰ ਇੱਕ ਕੋਈ ਉਹਨਾਂ ਦੀਆਂ ਪਾਲਿਸੀਆਂ ਹੁੰਦੀਆਂ ਜੀ ਗੌਰਮੈਂਟ ਦੀਆਂ, ਉਹ ਆਪਾਂ ਸੰਸਕਾਰ ਨਹੀਂ ਕਰ ਸਕਦੇ। ਸਰ ਬਹੁਤ ਹੀ ਦੁਖਦਾਈ, ਟੱਬਰ ਲਈ ਤਾਂ ਬਹੁਤ ਦੁਖਦਾਈ ਖਬਰ ਆ, ਪਰ ਤੁਹਾਡੀ ਵੀ ਇੱਕ ਮਿਹਨਤ ਰੰਗ ਲਿਆਈ ਆ, ਬਹੁਤ ਹੀ ਵਧੀਆ। ਤੁਹਾਡੀਆਂ ਸੇਵਾਵਾਂ ਪਹਿਲੇ ਵੀ ਬਹੁਤ ਸਾਰੀਆਂ ਨਕੋਦਰ ਸ਼ਹਿਰ ਨੂੰ ਆਲੇ ਦੁਆਲੇ ਸਾਰੇ ਹੈਗੀਆਂ, ਇਸ ਪਰਿਵਾਰ ਦੀ ਚਲੋ ਪਤਾ ਲੱਗੇ, ਇਸ ਪਰਿਵਾਰ ਦੀ ਕੀ ਹੈਲਪ ਕਰੋਗੇ? ਇਸ ਪਰਿਵਾਰ ਦੀ ਹੈਲਪ ਜੀ, ਜਿੱਥੇ ਤੱਕ ਸਾਡੇ ਤੋਂ ਹੋ ਸਕੂਗਾ, ਗੁਰਦੁਆਰਾ ਆਪਣੇ ਜਿਹੜਾ ਸਿੰਘ ਸਭਾ ਹੈਗੀ ਕਮੇਟੀ, ਉਹਨਾਂ ਨੇ ਜ਼ਿੰਮੇਵਾਰੀ ਲਈ ਹੋਈ ਹੈ ਵੀ
ਜੋ ਮ੍ਰਿਤਕ ਹੈਗਾ ਉਹਦੇ ਜੋ ਰੀਤੀ ਰਿਵਾਜ਼ ਆਪਣੇ ਰੀਤੀ ਰਿਵਾਜ਼ ਹੈਗੇ ਆ ਉਹਦੇ ਨਾਲ ਆਪਾਂ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਊਗਾ। ਹੁਣੇ ਮੇਰੀ ਪ੍ਰਧਾਨ ਸਾਹਿਬ ਦੇ ਨਾਲ ਵੀ ਗੱਲ ਹੋਈ ਸੀਗੀ ਵੀ ਜੋ ਉਹਨਾਂ ਦੀਆਂ ਉਦੋਂ ਬਾਅਦ ਅਸਥੀਆਂ ਹੋਣਗੀਆਂ, ਇੱਕ ਤਾਂ ਤੁਹਾਨੂੰ ਪਤਾ ਵੀ ਜੋ ਆਪਣੇ ਕਰੋਨਾ ਦਾ ਦੌਰ ਚੱਲ ਰਿਹਾ ਆ, ਫਲੈਟਾਂ ਸਾਰੀਆਂ ਬੰਦ ਹੈ, ਜਦੋਂ ਵੀ ਫਲੈਟਾਂ ਖੁੱਲਦੀਆਂ ਹਨ ਅਤੇ ਅਸੀਂ ਇੰਨਾ ਕਰ ਸਕਦੇ ਹਾਂ ਜੀ। ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸਾਨੂੰ ਕਿਹਾ ਆ ਵੀ ਅਸੀਂ ਚਾਹੇ ਉੱਥੋਂ ਜਿਹੜੀਆਂ ਅਸਥੀਆਂ ਇਹਨਾਂ ਦੇ ਤੱਕ ਪਹੁੰਚਾਈਆਂ ਜਾਣਗੀਆਂ ਜੀ, ਅਤੇ ਉਹ ਜਦੋਂ ਵੀ ਮਹੀਨੇ ਨੂੰ ਖੁੱਲ੍ਹ ਜਾਣ, ਦੋ ਮਹੀਨੇ ਨੂੰ ਖੁੱਲ੍ਹ ਜਾਣ, ਫਲੈਟਾਂ ਖੁੱਲ੍ਹ ਜਾਣਗੀਆਂ, ਉਹ ਉਹਨਾਂ ਦੀ ਕਮੇਟੀ ਦੇ ਜਾਂ ਮੈਂਬਰ ਸਾਹਿਬਾਨ ਨਾਲ ਆਉਣਗੇ ਅਤੇ ਉਹ ਬਕਾਇਦਾ ਜੋ ਰੀਤੀ ਰਿਵਾਜ਼ ਹੈਗੇ ਉਹਦੇ ਹਿਸਾਬ ਦੇ ਨਾਲ ਇਹਨਾਂ ਦੇ ਪਰਿਵਾਰ ਤੱਕ ਪਹੁੰਚਾਈਆਂ ਜਾਣਗੀਆਂ। ਇਹ ਤਾਂ ਬਹੁਤ ਮਿਹਨਤ ਆ ਜੀ ਤੁਹਾਡਾ, ਮਿਹਨਤ ਦੇ ਨਾਲ ਤੁਸੀਂ ਚਲੋ ਘਰ ਲੱਭਿਆ, ਸਾਨੂੰ ਵੀ ਇੱਥੇ ਬੁਲਾਇਆ ਸਾਨੂੰ ਤੁਸੀਂ, ਅਤੇ ਮੈਂ ਦੇਖਿਆ ਜੀ ਸਰ ਘਰ ਦੀ ਹਾਲਤ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ। ਹਾਂਜੀ ਬਿਲਕੁਲ ਜੀ, ਸਾਰੇ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਜੀ ਸਾਰੇ, ਅਤੇ ਉਹ ਵੀ ਕਾਫੀ ਟਾਈਮ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਗਏ ਹੋਏ, ਸਾਡੀ ਤਰਾਸਦੀ ਆ, ਅਤੇ ਸਰਕਾਰਾਂ ਦਾ ਵੀ ਆਪਾਂ ਵਿੱਚ ਦੇਖ ਸਕਦੇ ਹਾਂ ਵੀ ਇੱਥੇ ਕੋਈ ਛੱਡ ਤਾਂ ਨਹੀਂ ਹੁੰਦੇ, ਆਪਣੇ ਘਰ ਬੜੇ ਔਖੇ ਆ ਜੀ, ਪਰਿਵਾਰ ਛੱਡਣੇ ਔਖੇ ਆ, ਕੋਈ ਐਡਾ ਵੱਡਾ ਟਾਈਮ ਘੱਟੋ ਘੱਟ 40 ਸਾਲ ਹੋ ਗਏ ਜੀ। ਇਮੋਸ਼ਨਲ ਹੋ ਰਿਹਾ ਥੋੜ੍ਹਾ ਜਿਹਾ ਤੁਸੀਂ ਵੀ? ਬਿਲਕੁਲ ਜੀ ਜੀ, 40 ਸਾਲ ਹੋ ਗਏ ਜੀ ਇੱਕ ਪਰਿਵਾਰ ਨੂੰ ਛੱਡ ਕੇ ਰੋਟੀ ਰੋਜ਼ੀ ਲਈ ਇਹਨਾਂ ਨੇ ਕਮਾਉਣ ਲਈ ਉੱਥੇ ਗਏ ਹੋਏ ਆ ਜੀ, ਅਤੇ ਉੱਥੇ ਜਾਣ ਤੋਂ ਬਾਅਦ ਵੀ ਇੱਦਾਂ ਦੇ ਸਥਿਤੀਆਂ ਆ ਜਾਣ, ਚਲੋ ਪਰਮਾਤਮਾ ਜਾਣਦਾ ਜੀ ਉੱਥੇ ਕੀ ਹੋਇਆ ਹੋਊਗਾ, ਉਹਨਾਂ ਦੀ ਡੈਥ ਹੋ ਗਈ ਅਤੇ ਅੱਜ ਕਿੰਨੇ ਦਿਨ ਹੋ ਗਏ ਆ ਜੀ ਉਹ ਡੈਥ ਹੋਈ ਨੂੰ, ਅਤੇ ਉਹ ਇੱਕ ਸੰਸਕਾਰ ਵੀ ਜੋ ਰਸਮਾਂ ਹੁੰਦੀਆਂ ਆ ਉਹ ਵੀ ਨਸੀਬ ਨਹੀਂ ਹੋ ਰਹੀਆਂ ਉਹਨਾਂ ਨੂੰ। ਚਲੋ ਅੱਜ ਕੋਸ਼ਿਸ਼ ਕੀਤੀ ਆ, ਧੰਨਵਾਦ ਤੁਹਾਡਾ ਵੀ ਤੁਸੀਂ ਸਾਨੂੰ ਜਿਹੜਾ ਸਹਿਯੋਗ ਦਿੰਦੇ ਹੋ ਹਮੇਸ਼ਾ, ਬਈ ਇਹ ਅੱਖਾਂ 'ਚ ਅੱਥਰੂ ਮੈਂ ਦੇਖ ਸਕਦਾ ਹਾਂ, ਭਾਵੇਂ ਇਹ ਇੱਕ ਸੁਸਾਇਟੀ ਚਲਾਉਂਦੇ ਨੇ, ਇਮੋਸ਼ਨਲ ਹੋ ਗਏ ਗੱਲ ਕਰਦੇ ਕਰਦੇ। ਮੈਂ ਘਰਦਿਆਂ ਨੂੰ ਵੀ ਦਿਖਾ ਦਿਆਂ, ਇੱਥੇ ਘਰ ਦੇ ਵਿੱਚ ਉਹਨਾਂ ਦਾ ਪਰਿਵਾਰ ਬੈਠਾ ਸਾਰਾ ਸ਼ੋਕ ਦੇ ਵਿੱਚ ਆ ਇਹਨਾਂ ਨੂੰ। ਭਾਜੀ ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਜੀ ਓਮ ਲਾਲ ਜੀ। ਓਮ ਲਾਲ ਜੀ, ਰਾਮ ਲਾਲ ਜੀ ਕਦੋਂ ਦੇ ਗਏ ਆ? ਇਹ ਰਾਮ ਲਾਲ ਜੀ ਗਏ ਆ 78-79 ਦੇ ਗਏ ਹੋਏ ਆ। 79 ਦੇ? ਅਤੇ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਉਹਨਾਂ ਦੀ? ਸਾਨੂੰ ਕੱਲ੍ਹ 4 ਵਜੇ ਪਤਾ ਲੱਗਾ, ਉਹ ਵੀ ਵੱਡੇ ਬ੍ਰਦਰ ਨੂੰ ਜਲੰਧਰ, ਅਤੇ ਉਹਨਾਂ ਨੂੰ ਵੀ ਕਿਤੇ ਇੱਦਾਂ ਗੁਰਦੁਆਰਾ ਕਮੇਟੀ ਪ੍ਰਬੰਧਕ ਸੀ ਇਟਲੀ ਦੇ ਵਿੱਚ, ਉਹਨਾਂ ਨੇ ਕਿਹਾ ਮਤਲਬ ਕਿ ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਨੇ ਕਿਸੇ ਉਹਦੇ ਦੋਸਤ ਕੋਲੋਂ ਨੰਬਰ ਲਿਆ ਅਤੇ ਕਹਿੰਦੇ ਵੀ ਤੁਸੀਂ ਮਤਲਬ ਕਿ ਲਾਲ ਦੀ ਇੱਦਾਂ ਦਾ ਡੈਥ ਫੋਟੋਆਂ ਕੋਈ ਹੈਗੀਆਂ ਤਾਂ ਮੈਨੂੰ ਦਿਖਾਓਗੇ ਯਾਰ, ਦਿਖਾਈਏ ਯਾਰ। ਅਤੇ ਉਹ ਫਿਰ ਕੱਲ੍ਹ ਉਹਨਾਂ ਨੇ 4 ਵਜੇ ਕਾਲ ਕੀਤੀ। ਅੱਛਾ ਜੀ, ਠੀਕ ਹੈ ਜੀ। 4 ਵਜੇ ਕਾਲ ਕੀਤੀ ਅਤੇ ਫਿਰ ਭਾਈ ਸਾਹਿਬ ਨੂੰ ਵੱਡੇ ਆ ਮੇਰੇ ਤੋਂ, ਉਹਨਾਂ ਨੂੰ ਪਤਾ ਲੱਗਾ, ਅਤੇ ਮੈਨੂੰ ਫਿਰ ਅੱਜ ਸਵੇਰੇ 10 ਵਜੇ ਮੈਂ ਘਰ ਆਇਆ ਡਿਊਟੀ ਤੋਂ, ਜਲੰਧਰ ਸੀਗੇ ਕੰਮ 'ਤੇ। ਅਤੇ ਭਾਈ ਸਾਹਿਬ ਇਹਨਾਂ ਨੂੰ ਪਛਾਣਦੇ ਤੁਸੀਂ? ਇਹਨਾਂ ਨੂੰ ਚੰਗੀ ਤਰ੍ਹਾਂ ਪਛਾਣਦੇ? ਹਾਂਜੀ ਹਾਂਜੀ, ਚੰਗੀ ਤਰ੍ਹਾਂ ਪਛਾਣਦੇ ਆ। ਸਾਡੇ ਸਿਰ ਦਾ ਸਾਇਆ ਸੀਗਾ, ਪਿਓ ਸੀ ਸਾਡਾ ਇਹ, ਅਤੇ ਜਿਹੜਾ ਅੱਜ ਸਾਨੂੰ ਛੱਡ ਕੇ ਚਲੇ ਗਿਆ। ਅਤੇ ਬਾਕੀ ਹੁਣ ਇਹਨਾਂ ਦੀ ਕਮੀ ਤਾਂ ਸਾਨੂੰ ਕੋਈ ਪੂਰੀ ਨਹੀਂ ਕਰ ਸਕਦਾ। ਪਰ ਮੈਂ ਇੱਕ ਕਹਿਣਾ ਚਾਹਾਂਗਾ, ਇੱਕ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਨੇ ਜਿਹੜੇ ਖੁਦ ਇੱਥੇ ਇਮੋਸ਼ਨਲ ਹੋ ਗਏ ਨੇ, ਇਹਨਾਂ ਨੂੰ ਵੀ ਤਕਰੀਬਨ 7-8-10 ਦਿਨ ਹੋ ਗਏ ਆ ਘਰ ਲੱਭਦਿਆਂ ਇਹਨਾਂ ਲੱਭ ਕੇ ਸਾਡਾ ਨਾਲ ਵੀ ਕੰਟੈਕਟ ਕੀਤਾ, ਤੁਹਾਡੇ ਨਾਲ ਵੀ ਕੰਟੈਕਟ ਕੀਤਾ। ਇੱਕ ਚਲੋ ਖਬਰ ਤਾਂ ਦੁਖਦਾਈ ਆ, ਪਰ ਇਹਨਾਂ ਦਾ ਉਪਰਾਲਾ ਕਿੱਦਾਂ ਦਾ ਲੱਗਾ? ਇਹਨਾਂ ਦਾ ਉਪਰਾਲਾ ਬਹੁਤ ਵਧੀਆ ਉਪਰਾਲਾ ਲੱਗਾ, ਅਸੀਂ ਇਹਨਾਂ ਦਾ ਸਿਰ ਮੱਥੇ ਮਤਲਬ ਕਿ ਧੰਨਵਾਦ ਕਰਦੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ, ਨਹੀਂ ਤਾਂ ਬਾਹਰ ਬੈਠੇ ਦਾ ਕੌਣ ਵਾਲੀ ਵਾਰ ਸਾ। ਬਹੁਤ ਹੀ ਇੱਕ ਦੁਖਦਾਈ ਖਬਰ ਆ, ਦੁਖਦਾਈ ਖਬਰ ਹੀ ਕਹਿੰਦੇ ਹਾਂ ਕਿ ਪਰਿਵਾਰ ਹੋਰ ਨਾਲ ਆ, ਇਹ ਦਿਖਾ ਦਿਆਂ ਇਹ ਵੀ ਇਹਨਾਂ ਦੇ ਭਰਾ ਆ, ਇੱਕ ਇਹ ਵੀ ਇਹਨਾਂ ਦੇ ਭਰਾ ਬੈਠੇ ਆ, ਇਹ ਫੈਮਿਲੀ ਦੇ ਵਿੱਚ ਬੈਠੇ ਨੇ। ਘਰ ਵੀ ਤੁਹਾਨੂੰ ਦਿਖਾ ਦਿਆਂ, ਘਰ ਦੀ ਵੀ ਮਾਲੀ ਹਾਲਤ ਜੇ ਮੈਂ ਕਹਿ ਦਿਆਂ ਕੋਈ ਜ਼ਿਆਦਾ ਵਧੀਆ ਨਹੀਂ,
ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦਾ, ਇਹ ਪਰਿਵਾਰ ਆ, ਇਹ ਭਰਾ ਬੈਠੇ ਆ, ਇਹ ਭਰਾ ਆ ਰਾਮ ਲਾਲ ਜੀ ਦੇ, ਰਾਮ ਲਾਲ ਜੀ ਦੇ ਭਰਾ ਰਾਮ ਲਾਲ ਜੀ ਦੇ ਭਰਾ ਆ, ਬਾਕੀ ਤੇ ਦੋ ਭਰਾ ਜਿਹੜੇ ਇਹਨਾਂ ਦੇ ਜਲੰਧਰ, ਕਿਹੜੀ ਜਗ੍ਹਾ ਜਲੰਧਰ ਜੀ, ਤਿਲਕ ਨਗਰ ਆ, ਬਡਾਲੇ ਪਿੰਡ ਦੇ ਲਾਗੇ ਤਿਲਕ ਨਗਰ ਪਿੰਡ ਆ, ਅਤੇ ਉੱਥੇ ਮਤਲਬ ਕਿ ਡੇਰਾ ਸਤ ਕਰਤਾਰ ਆ, ਉੱਥੇ ਦੇ ਉਹ ਸ਼ੁਰੂ ਤੋਂ ਹੀ ਸੇਵਾਦਾਰ ਰਹੇ ਆ, ਸੇਵਾ ਹੀ ਕਰਦੇ ਆ ਉੱਥੇ। ਹਾਂ ਜੀ, ਇਹ ਦੋ ਭਰਾ ਇਹਨਾਂ ਦੇ ਸੇਵਾਦਾਰ ਆ, ਬਾਕੀ ਫੈਮਿਲੀ ਇੱਥੇ ਮੇਰੇ ਕੋਲ ਬੈਠੀ ਆ, ਘਰ ਦੀ ਹਾਲਾਤ ਵੀ ਜ਼ਿਆਦਾ ਵਧੀਆ ਨਹੀਂ। ਚਲੋ ਇੱਕ ਦੁਖਦਾਈ ਆ ਖਬਰ ਨੂੰ ਤਾਂ ਇੱਕ ਦੁਖਦਾਈ ਕਹਾਂਗੇ, ਦੁੱਖ ਵਾਲੀ ਖਬਰ ਆ ਇਸ ਪਰਿਵਾਰ ਲਈ, ਪਰ ਉਪਰਾਲਾ ਜੇ ਕਹਿ ਦਈਏ ਯੂਥ ਵੈਲਫੇਅਰ ਕਲੱਬ ਦੇ ਸਾਰੇ ਮੈਂਬਰਾਂ ਦਾ, ਸਾਰੇ ਮੈਂਬਰਾਂ ਦਾ ਬਹੁਤ ਹੀ ਇੱਕ ਸ਼ਲਾਘਾਯੋਗ, ਨਕੋਦਰ ਸ਼ਹਿਰ ਦੇ ਲਈ ਸ਼ਲਾਘਾਯੋਗ ਹੀ ਕਹਾਂਗੇ, ਜਿਨ੍ਹਾਂ ਨੇ ਇਸ ਪਰਿਵਾਰ ਨੂੰ ਲੱਭਿਆ ਅਤੇ ਇਹਨਾਂ ਨੂੰ ਮਾਲੀ ਸਹਾਇਤਾ ਵੀ ਜੋ ਹੈ ਉਹ ਵੀ ਦਿਵਾਉਣਗੇ, ਅਤੇ ਇਟਲੀ ਸਰਕਾਰ ਦੇ ਨਾਲ ਜੋ ਗੱਲਬਾਤ ਕਰਨਗੇ, ਇਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਵਾ ਉੱਥੇ ਦੇ ਗੁਰਦੁਆਰੇ 'ਚ, ਉੱਥੇ ਉਹਨਾਂ ਨੂੰ ਜੋ ਇਹਨਾਂ ਦੀ ਕਾਰਵਾਈ ਆ ਪੁਲਿਸ ਆਈ ਸੀ ਉਹ ਕਰਕੇ ਲੈ ਗਈ ਆ, ਉਹਦਾ ਸੰਸਕਾਰ ਹੋ ਸਕੇਗਾ, ਅਤੇ ਇਹਨਾਂ ਦਾ ਪ੍ਰਧਾਨ ਜੀ ਦਾ ਇਹ ਵੀ ਉਪਰਾਲਾ ਕਿ ਉਹਨਾਂ ਦੇ ਜਿਹੜੇ ਫੁੱਲ ਆ ਉਹਨਾਂ ਦੀਆਂ ਅਸਥੀਆਂ ਆ ਉਹ ਆ ਸਕਣ। ਦੁਖਦਾਈ ਖਬਰ ਆ, ਦੁਖਦਾਈ ਆ, ਮਹੱਲਾ ਦੇ ਵਿੱਚ ਖੜ੍ਹੇ ਹਾਂ ਮੁੰਨੇ ਦੀ ਚੱਕੀ ਮਦਰਲੈਂਡ ਦੇ ਕੋਲ। ਰਾਮ ਲਾਲ ਜਿਨ੍ਹਾਂ ਦੀ ਇਟਲੀ ਡੈਥ ਹੋਈ ਆ, ਉਹਨਾਂ ਦੇ ਘਰ ਦੇ ਲਾਗੇ ਪਹੁੰਚੇ, ਘਰ ਦੇ ਲਾਗੇ ਇੱਕ ਦੁਕਾਨ ਆ, ਵੀ ਭਾਅ ਜੀ ਕੀ ਕਿਹੜੀ ਦੁਕਾਨ ਆ? ਜੁਗਨੂ ਡੀਜੇ ਜੀ। ਜੁਗਨੂ ਡੀਜੇ ਭਾਅ ਜੀ, ਇੱਕ ਰਾਮ ਲਾਲ ਜਿਹਦੀ ਇਟਲੀ ਦੇ ਵਿੱਚ ਡੈਥ ਹੋਈ ਆ, ਉਹਦੇ ਘਰ ਇੱਕ ਯੂਥ ਵੈਲਫੇਅਰ ਕਲੱਬ 'ਤੇ ਏਕਤਾ ਲਹਿਰ ਆਈ ਸੀਗੀ, ਅਸੀਂ ਆਪਾਂ ਨੇ ਲਵਾਇਆ ਸੀ, ਤੁਸੀਂ ਇਸ ਪਰਿਵਾਰ ਬਾਰੇ ਜਾਣਦੇ ਕੁਛ? ਹਾਂਜੀ, ਮੈਂ ਚੰਗੀ ਤਰ੍ਹਾਂ ਜਾਣਦਾ ਜੀ, ਮੇਰੀ ਦੁਕਾਨ ਵੀ 10 ਸਾਲ ਹੋ ਗਏ ਇੱਥੇ। ਇਹਨਾਂ ਦਾ ਬ੍ਰਦਰ ਇਟਲੀ ਦੇ ਵਿੱਚ ਸੀਗਾ, ਅਤੇ ਇੱਕ ਇਹਨਾਂ ਦਾ ਦੋ ਬ੍ਰਦਰ ਹੈਗੇ ਆ, ਉਹ ਸਤ ਕਰਤਾਰ ਵਾਲਿਆਂ ਜਲੰਧਰ ਹੈਗੇ ਆ, ਅਤੇ ਤਿੰਨ ਬ੍ਰਦਰ ਇੱਥੇ ਰਹਿੰਦੇ ਆ, ਅਤੇ ਦੋ ਜਿਹੜੇ ਹੈਗੇ ਆ ਉਹ ਨੌਕਰੀ ਕਰਨ ਵਾਸਤੇ ਜਲੰਧਰ ਜਾਂਦੇ ਹੁੰਦੇ ਰਾਤ ਨੂੰ ਨਾਈਟ ਡਿਊਟੀ। ਜਿਹੜਾ ਇਹਨਾਂ ਬਾਹਰ ਗਿਆ ਸੀ ਉਹ ਪਤਾ ਤੈਨੂੰ ਕਦੋਂ, ਕਿੰਨੀ ਦੇਰ ਹੋ ਗਈ ਗਿਆ? ਉਹਨਾਂ ਨੂੰ ਕਾਫੀ ਦੇਰ ਹੋ ਗਈ ਜੀ, ਕਿਉਂਕਿ 10 ਸਾਲ ਤਾਂ ਮੈਨੂੰ ਦੁਕਾਨ ਕਰਦੇ ਨੂੰ ਹੋ ਗਏ, 10 ਸਾਲ ਤੋਂ ਪਹਿਲਾਂ ਦੇ ਹੋ ਗਏ ਹੋਏ ਆ ਜੀ। ਪਹਿਲੇ ਦੇ ਗਏ? ਹਾਂਜੀ ਪਹਿਲੇ। ਇਹਦੇ ਬਾਰੇ ਪਤਾ ਆ? ਹਾਂਜੀ ਹਾਂਜੀ, ਚੰਗੀ ਤਰ੍ਹਾਂ ਪਤਾ ਜੀ। ਹਾਂਜੀ, ਨਾ ਉਹਨਾਂ ਦਾ ਪਤਾ ਤੁਹਾਨੂੰ? ਉਹਨਾਂ ਦੇ ਨਾਂ ਦਾ ਨਹੀਂ ਪਤਾ, ਇਹਨਾਂ ਦਾ ਪਤਾ ਸਾਰਿਆਂ ਦਾ, ਘਰਦਿਆਂ ਦਾ ਜੀ ਆਪਾਂ ਨੂੰ। ਠੀਕ ਆ, ਰਾਮ ਲਾਲ ਸੀ ਜੀ ਉਹਨਾਂ ਦਾ। ਹਾਂਜੀ, ਓਕੇ ਜੀ। ਹਾਂਜੀ, ਇਹ ਸਾਡੇ ਕੋਲ ਵੀ ਅੰਬੈਸੀ ਵੱਲੋਂ ਇੱਕ ਇੰਟੀਮੇਸ਼ਨ ਆਈ ਸੀ, ਜੋ ਇਸਦਾ ਘਰ ਫਾਈਂਡ ਆਊਟ ਕਰਨਾ ਸੀ, ਜੋ ਸਾਡੇ ਕੋਲ ਯੂਥ ਕਲੱਬ ਦੇ ਮੈਂਬਰ ਆਏ ਨੇ, ਅਤੇ ਉਹਨਾਂ ਨਾਲ ਮਿਲ ਕੇ ਜੋ ਘਰ ਫਾਈਂਡ ਆਊਟ ਕਰ ਲਿਆ ਹੈ, ਉੱਥੇ ਉਹਦੇ ਭਰਾ ਵੀ ਨੇ, ਅਤੇ ਉਹਨਾਂ ਨੂੰ ਇੰਟੀਮੇਟ ਕਰ ਦਿੱਤਾ ਹੈ। ਬਾਕੀ ਯੂਥ ਕਲੱਬ ਵਾਲੇ ਸਾਡੇ ਕੋਲ ਜੋ ਆਏ ਨੇ ਮੈਂਬਰ, ਇਹਨਾਂ ਦੀ ਸਹਾਇਤਾ ਨਾਲ ਉਹ ਜੋ ਵੀ ਪਰਿਵਾਰ ਦੀ ਸਹਾਇਤਾ ਇਹ ਕਰਨਗੇ, ਜਿਵੇਂ ਉਹਦਾ ਸੰਸਕਾਰ ਕਰਵਾਉਣਗੇ ਰੀਤੀ ਰਿਵਾਜ਼ਾਂ ਨਾਲ, ਅਤੇ ਬਾਕੀ ਇਹਨਾਂ ਧੰਨਵਾਦ ਹੈ, ਅਤੇ ਇੱਦਾਂ ਦੇ ਹੋਣੇ ਚਾਹੀਦੇ ਨੇ ਜੋ ਇਸ ਤਰ੍ਹਾਂ ਮਦਦ ਕਰਦੇ ਨੇ, ਕਿਉਂਕਿ ਉਹ ਇਕੱਲੇ ਹੀ ਗਿਆ ਸੀ, ਉਹਦਾ ਉੱਥੇ ਪਰਿਵਾਰ ਵੀ ਕੋਈ ਨਹੀਂ ਸੀ, ਮੇਰੇ ਖਿਆਲ ਵਿਆਹ ਵੀ ਨਹੀਂ ਕਰਾਇਆ ਉਹਨੇ, ਤਾਂ ਉਹਦੀ ਡੈੱਡ ਬੋਡੀ ਇੱਦਾਂ ਹੀ ਪਈ ਸੀ ਕਾਫੀ ਦਿਨਾਂ ਤੋਂ, ਤੋ ਇਹਨਾਂ ਨੇ ਉਪਰਾਲਾ ਕੀਤਾ। ਚਲੋ ਸਾਨੂੰ ਵੀ ਇੰਟੀਮੇਸ਼ਨ ਆਈ ਆ, ਜੋ ਮਿਲ ਜੁਲ ਕੇ ਆਪਾਂ ਉਹਦਾ ਸੰਸਕਾਰ ਜ਼ਰੂਰ ਕਰਾਵਾਂਗੇ ਜਿਵੇਂ ਰੀਤੀ ਰਿਵਾਜ਼ ਹੋਣਗੇ, ਅਤੇ ਇਸ ਚੀਜ਼ ਭਲਾਈ ਹੈ। ਥੈਂਕ ਯੂ, ਧੰਨਵਾਦ। ਪਰਸਨ ਸੁਮਿਤ ਧੀਂਗੜਾ ਦੇ ਨਾਲ, ਸ਼ਸ਼ੀਲ ਧੀਂਗੜਾ, ਏਕਤਾ ਲਹਿਰ ਨਿਊਜ਼, ਨਕੋਦਰ।